ਬਾਈਕ ਸਵਾਰਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਪੈਟਰੋਲ ਬੰਬ ਸੁੱਟਿਆ ਗਿਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦਿਸ ਰਿਹਾ ਕਿ ਘਰ ਦੇ ਬਾਹਰੋਂ ਕਿਸੇ ਨੇ ਪੈਟਰੋਲ ਬੰਬ ਦੀ ਬੋਤਲ ਘਰ ਦੇ ਵਿੱਚ ਸੁੱਟੀ, ਜੋ ਘਰ ਦੀ ਕੰਧ ਦੇ ਕੋਲ ਆ ਕੇ ਡਿੱਗੀ। ਇਸ ਘਰ ਦੇ ਵਿੱਚ ਥੋੜੇ ਦਿਨਾਂ ਬਾਅਦ ਵਿਆਹ ਰੱਖਿਆ ਹੋਇਆ। ਦੱਸਦੇ ਕਿ BSF ਦੇ ਸੇਵਾ ਮੁਕਤ ਸਬ ਇੰਸਪੈਕਟਰ ਦਾ ਇਹ ਘਰ ਹੈ ਜਿੱਥੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਤੋਂ ਸਾਹਮਣੇ ਆਇਆ। ਦੱਸਣ ਦੇ ਮੁਤਾਬਿਕ ਇਸ ਘਰ ਦੇ ਵਿੱਚ ਵਿਦੇਸ਼ ਤੋਂ ਪਰਿਵਾਰਕ ਮੈਂਬਰ ਆਏ ਹੋਏ ਨੇ ਤੇ ਥੋੜੇ ਦਿਨਾਂ ਬਾਅਦ ਇੱਥੇ ਵਿਆਹ ਰੱਖਿਆ ਹੋਇਆ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਬੰਬ ਦਾ ਧਮਾਕਾ ਸੁਣ ਪਰਿਵਾਰ ਵਾਲੇ ਇੱਕਦਮ ਬਾਹਰ ਨਿਕਲੇ, ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੀੜਤਾਂ ਦੇ ਮੁਤਾਬਿਕ ਉਹਨਾਂ ਦੀ ਕਿਸੇ ਨਾਲ ਜਾਂ ਉਹਨਾਂ ਦੇ ਬੱਚਿਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਫਿਰ ਪਤਾ ਨਹੀਂ ਕਿਉਂ ਅਜਿਹੇ ਲੋਕਾਂ ਦੇ ਵੱਲੋਂ ਪੈਟਰੋਲ ਬੰਬ ਦੀ ਬੋਤਲ ਜਿਹੜੀ ਉਹ ਘਰ ਦੇ ਵਿੱਚ ਸੁੱਟੀ ਗਈ। ਫਿਲਹਾਲ ਪੁਲਿਸ ਦੇ ਵੱਲੋਂ ਆਲੇ ਦੁਆਲੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਅਨਸਰਾਂ ਦੀ ਪਛਾਣ ਹੋ ਸਕੇ। ਕੱਲ 9 ਵਜੇ ਦੀ ਗੱਲ ਹੈ, ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਸੀ। ਮੈਂ ਰੋਟੀ ਖਾਣ ਲੱਗਾ ਸੀ, ਬਾਹਰੋਂ ਮੈਨੂੰ ਸਾਊਂਡ ਸੁਣਿਆ ਅੱਗ ਦੀ ਲਪਟ। ਜਦੋਂ ਮੈਂ ਵੇਖੀ ਨਾ, ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਬ ਸੁੱਟੇ ਸੀ ਬੰਦਿਆਂ ਨੇ। ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ, ਰਾਤ ਹੋਣ ਕਰਕੇ ਮੂੰਹ ਢੱਕੇ ਸੀ ਉਹਨਾਂ ਨੇ। ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ, ਸਵੇਰ ਵੀ ਪੁਲਿਸ ਆਈ ਆ, ਫੋਰੈਂਸਿਕ ਲੈਬ ਵਾਲੀ ਆਏ। ਅਤੇ ਸਾਡੀ ਤਾਂ ਇਹੀ ਆ ਹੁਣ ਮੰਗ ਆ ਵੀ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ। ਸਾਡੇ ਘਰ ਵਿਆਹ ਵੀ ਆ, ਫੰਕਸ਼ਨ ਆ। ਮੈਂ BSF ਦਾ ਰਿਟਾਇਰ ਆ, ਸਬ ਇੰਸਪੈਕਟਰ, ਅਤੇ ਵਿਆਹ ਵੀ ਆ ਸਾਡੇ ਘਰ। ਇਸ ਕਰਕੇ ਪੁਲਿਸ ਨੂੰ ਰਿਕੁਐਸਟ ਆ ਵੀ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ, ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ। ਇਹੀ ਸਾਡੇ ਕੋਲ ਪੁਲਿਸ ਨੂੰ, SSP ਸਾਹਿਬ ਨੂੰ, SHO ਸਾਹਿਬ, ਅਸੀਂ ਤਾਂ ਸਦੀਆਂ ਤੋਂ ਇੱਥੇ ਹੀ ਹਾਂ। ਨਹੀਂ ਭਾਅ ਜੀ, ਨਹੀਂ, ਨੋ ਨੋ, ਕਿਸੇ ਘਰ ਨਹੀਂ ਜਾਂਦਾ ਮੈਂ, ਰੋਡ 'ਤੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਬੱਚਿਆਂ ਦੀ ਕੋਈ ਲੈਣ ਦੇਣ ਨਹੀਂ। ਬੱਚੇ ਤਾਂ ਬਾਹਰ ਰਹਿੰਦੇ, ਸਾਡੇ 5 ਬੱਚੇ, ਸਾਡੇ 4 ਬਾਹਰ ਆ, ਉਹ ਵੀ ਆਏ ਆ। ਅਤੇ ਸਾਡੀ ਤਾਂ SSP ਸਾਹਿਬ, SHO ਸਾਹਿਬ ਨੂੰ ਇਹ ਰਿਕੁਐਸਟ ਆ ਵੀ ਬੰਦੇ ਨੂੰ ਫੜਿਆ ਜਾਵੇ ਛੇਤੀ ਤੋਂ ਛੇਤੀ, ਗਾਂ ਤੋਂ ਫਿਰ ਨਾ ਇਹੋ ਜਿਹਾ ਕੰਮ ਕਰਨ। ਹਾਂਜੀ, ਇਹ ਨਾ ਪੈਟਰੋਲ ਵਾਲੀ ਬੋਟਲ ਆ, ਮੇ ਬੀ ਪੈਟਰੋਲ ਹੈ ਜਾਂ ਦੂਜਾ ਹੈਗਾ ਤੇਲ, ਅਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ, ਅਤੇ ਵੈਰੀਫਾਈ ਕਰ ਰਹੇ ਹਾਂ, ਕੰਪਲੇਂਟ ਆ ਗਈ ਆ, ਅਤੇ ਕੰਪਲੇਂਟ ਦੇ ਮੁਤਾਬਕ ਕਾਰਵਾਈ ਕਰ ਦਿੰਦੇ ਹੈਗੇ। CCTV ਨਾਲ ਦੇ ਘਰ ਤੋਂ ਥੋੜ੍ਹਾ ਜਿਹਾ ਸਾਹਮਣੇ ਆਏ, ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ, ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ, ਅਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਬੀ 3 ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ 'ਤੇ, ਅਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਪਤਾ ਨਹੀਂ ਲੱਗ ਰਿਹਾ। ਬਾਕੀ ਆਸੇ ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਤਾਂ ਫਿਰ ਪਤਾ ਲੱਗੂਗਾ। ਹਜੇ ਤੱਕ ਇਹੋ ਜਿਹੀ ਗੱਲ ਸਾਹਮਣੇ ਤਾਂ ਨਹੀਂ ਆਏਗੀ, ਅਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗਦਾ ਰਹੀ ਨਹੀਂ, ਅਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਬਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇੱਦਾਂ ਦੀ ਗੱਲ ਸੁਣੀ ਨਹੀਂ ਗੀ, ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ।